नाम का दीवाना तेरे घर को ढूंढता मैं चुक है। लिया फोन। अच्छा हेलो, सलाम वालेकुम जी। वालेकुम सलाम। तू शक्लों इदा नहीं लग रही फोन चुकने वाली, किदा किदा चुके हूं तक? हाय हाय, छोड़ो पुरानी गल्ला, फिर तुसी गुस्सा कर हौके जाना। बहुत भर दी तू, बहुत हौके भर दी। फिर मैं गुनाने शुरू करा, हाँ मैं लत्तां भी तोड़ दूंगा मैनू हौके गनाए थे। चलो मैनू छोड़ वो दियो ना हौके एक बार। गना जो सिर्फ मेरे नाल रिलेटेड ने, हाय, पराए वो तो हौके सारे मेरे औखे नाल। निकलते ने, बस कि दवा दवा जुदाई खत्म हो तो मैं तुहाडे घर आवां। हाँ खैरा नवी को कहानी ना सुना रही हूँ मैनू। याद आई सी मैं तुहाडी, मैं क्या फोन करके पूछा की हाल अरे चाल है, सच्चे जावा शुक्र है तेनू याद मेरी आउंदी है। ते होर की हर वक्त मैं तुहाडी याद इन्ना सतोंदी है ना, ते मैं उफ कहनी नहीं याद शुक्रा तेरा भी फिटे मूं। शुक्रा, तू पहली बारी इदां दीआं वी गल्लां कीतीआं, नहीं तां तू ते मैनूं उसे सीढ़ी दीआं पिच पाया, रोटी घट गई, रूं लै लो जेल किदां। शुक्र है कोई इदां दी गल्ल वी कीती तू। ते होर की आ, आ वेख तैनूं मैसेज भी आ रहे किसे दे। और नहीं मैसेज नहीं आ रहे मैनू, तुहाडी हाँ साइड ते है कहिंदा कोई? ना तू हटना ते तू हैगा नहीं। नहीं, हुण नहीं आंदे। अच्छा यार, विआह तों पहले दी तैनूं माफ़ी है सारी, अच्छा विआह तों बाद कोई ऐसी हरकत नहीं करनी। पहले माफी है ना, हाँ विआह तो पहले भी जा माफी है चलो, लेकिन विआह तो बाद, विआह तो बाद मैं भी मोबाइल म्यूट किया, एक मिनट मैंने म्यूट कर लिया। हाँ जी, दाख लाना तेरे पे। अच्छा किसी दी काला मैसेज आ रहे थे कि नहीं, मैं म्यूट पे लाया नहीं। खोल ला खोल ला खोल ला, मौज कर खोल ला। विआह तो पहले तंग भी कर माफी दिए, है, तंग कर दिए, लेकिन चल। विआह तो बाद तू एक कॉल भी करें या सुने तो फिर वो गद्दारी होनी कि नहीं, सही दसी। नहीं ये तो गल है, ਵਿਆਹ ਤੋਂ ਪਹਿਲੇ ਚਲੋ ਕੋਈ ਬੰਦਾ ਆਵੇ, ਕੋਈ ਠੀਕ ਆ ਵੀ ਤੇਰੇ ਨਾਲ ਪਿਆਰ ਕਰਦਾ ਹੋਵੇ, ਤੇਰੇ ਨਾਲ ਤਲਕ ਹੋਵੇ, ਤੈਨੂੰ ਪਸੰਦ ਕਰਦਾ ਹੋਵੇ, ਤੈਨੂੰ ਪਤਾ ਹੋਵੇ ਵੀ ਇਹ ਮੇਰੇ ਤੇ ਮਰਦਾ ਵਾ, ਤੇ ਵਿਆਹ ਤੋਂ ਬਾਅਦ ਉਹਦੇ ਨਾਲ ਤੂੰ ਕਾਲ ਕਰੇ ਜਾਂ ਉਹਦੇ ਨਾਲ ਤੂੰ ਗੱਲ ਕਰੇ ਜਾਂ ਉਹਦੀ ਕਾਲ ਸੁਣੇ, ਤੇ ਫਿਰ ਤੇ ਧੋਖਾ ਨਾ ਕਿ ਨਹੀਂ। ਹਾਂ ਨਹੀਂ ਵਾਕਈ ਗਲਤ ਗੱਲ ਹੈ, ਫਿਰ ਤੇ ਬਿਲਕੁਲ ਸਹੀ ਗੱਲ ਹੈ। ਉਹਦੇ ਨਾਲ ਆਹ ਉਹਦੇ ਨਾਲ ਧੋਖਾ, ਸਹੀ ਗੱਲ ਹੈ ਕਿ ਉਹਦੇ ਨਾਲ ਲਾਈਆਂ ਵਧਾਈਆਂ ਤੇ ਵਿਆਹ ਮੇਰੇ ਨਾਲ ਕਰ ਲਿਆ। ਬਿਲਕੁਲ ਨਹੀਂ, ਇਹ ਤੇ ਗੱਲ ਨਹੀਂ, ਫਿਰ ਨਾ ਗੱਲ ਕਰਨੀ ਨਹੀਂ ਮੈਂ। ਨਹੀਂ ਨਹੀਂ ਬਿਲਕੁਲ, ਮੈਂ ਵੈਸੇ ਤੈਨੂੰ ਇੱਕ ਗੱਲ ਕਹਾਂ, ਹਾਂਜੀ ਲੱਖ ਲਾਨਤ ਤੇਰੇ ਤੇ ਬਗੈਰਤੀਏ। ਅੱਛਾ ਮੈਂ ਨਾ ਵੈਸੇ ਜਿੱਦਣ ਮੇਰੀ ਗੈਰਤ ਗਈ ਨਾ ਜਾਗ, ਹਾਂਜੀ, ਤੇਰਾ ਮੱਲਾ ਵੇਖੇਗਾ ਪੂਰਾ ਵੀ ਕੋਈ ਸ਼ੇਰ ਦੇ ਬੱਚੇ ਦੀ ਗੈਰਤ ਜਾਗੀ, ਯਕੀਨ ਕਰ। ਇਹ ਤੇ ਮੈਂ ਪਿਛਲੇ 10 ਸਾਲਾਂ ਤੋਂ ਸੁਣਦੀ ਪਈ, ਤੁਹਾਡੀ ਗੈਰਤ ਨਾ ਸੁੱਤੀ ਨਹੀਂ, ਹਾਂ ਸੁੱਤੀਆਂ ਚੀਜ਼ਾਂ ਉੱਠ ਜਾਂਦੀਆਂ, ਮਰੀਆਂ ਸ਼ੈਵਾਂ ਨਹੀਂ ਉੱਠਦੀਆਂ। ਉਹ ਤੇਰੀ। ਅੱਛਾ ਮਰ ਗਈ ਹੈ ਤੇਰੇ ਹਿਸਾਬ ਨਾਲ? ਤੇ ਹੋਰ ਕੀ, ਮਰੀ ਪਈ ਹੈ। ਯਾਰ ਮੈਨੂੰ ਤੇਰਾ ਅਹਿਸਾਸ ਆ, ਮੈਂ ਕਹਿੰਦਾ ਯਾਰ ਫਿਰ ਕੀ ਕਰਾਂ, ਬਦਨਾਮੀ ਤੇ ਆਪਣੀ ਹੈ ਨਾ, ਤੂੰ ਵੀ ਨਹੀਂ ਨਾ ਹਟਦੀ ਐਸੇ ਗੇੜੇ, ਅੱਲਾ ਮਾਫੀ ਦੇਵੇ ਇਧਰੋਂ ਉਧਰੋਂ ਉਧਰੋਂ ਉਧਰੋਂ। ਇਹੀ ਤੇ ਤੁਹਾਡਾ ਪਿਆਰ ਹੈ ਜਿਹੜਾ ਮੈਨੂੰ ਕਿਸੇ ਹੋਰ ਵੱਲ ਵੇਖਣ ਨਹੀਂ ਦਿੰਦਾ। ਨਾ ਨਾ ਮੈਂ ਸਿਰਫ, ਪਤਾ ਕੀ ਗੱਲ ਆ, ਮੈਂ ਇੱਕ ਮੌਕੇ ਦੀ ਤਲਾਸ਼ ਚ, ਸਿਰਫ ਇੱਕ ਮੌਕਾ, ਮੈਨੂੰ ਇੱਕ ਮੌਕਾ ਜਿਹੜਾ ਮੌਕਾ ਸੀਗਾ, ਮਿਲੇ। ਮੌਕਾ ਹੁਣ ਨਹੀਂ ਹੈਗਾ ਮੇਰੇ, ਸਹੀ ਹੋ ਗਿਆ ਮੌਕਾ ਜਿਹੜਾ ਸੀਗਾ ਨਾ। ਉਹ ਤੇ ਤੇਰੇ ਖੁਸ਼ੀ ਦਾ ਮੌਕਾ ਸੀ ਨਾ ਜਿਹੜਾ ਮੂੰਹ ਤੇ ਨਿਕਲਿਆ ਸੀ, ਹਾਂ ਮੌਕਾ ਠੀਕ ਹੋ ਗਿਆ। ਮੈਂ ਇੱਕ ਮੌਕੇ ਦੀ ਤਲਾਸ਼ ਆ ਐਸੇ ਦੀ ਕਿ ਬਸ ਮੈਂ ਸਾਹਮਣੇ ਹੋ ਜੇ ਸਾਰਾ ਕੁਝ, ਤੈਨੂੰ ਫਿਰ ਨਾ ਬਸ ਦਿੰਦਾ ਗੱਦਾ ਬਸ ਦਬਾ ਲੈ। ਬਸ ਬਸ, ਏਡੇ ਗੈਰਤ ਦਾਅਵੇ ਨਾ ਕਰੋ, ਤੁਹਾਨੂੰ ਮੈਂ 36 ਮੌਕੇ ਦਿੱਤੇ, ਮੈਨੂੰ ਕਿਹੜੇ ਕਿਹਦੇ ਨਾਲ ਤੁਸੀਂ ਨਹੀਂ ਫੜਿਆ ਹੈ ਦੱਸੋ ਜ਼ਰਾ। ਸੁਨਿਆਰੇ ਨਾਲ ਤੁਹਾਨੂੰ ਮੈਂ ਮੌਕਾ ਦਿੱਤਾ, ਉਹ ਚਿੰਗਜੀ ਵਾਲੇ ਨਾਲ ਤੁਹਾਨੂੰ ਮੈਂ ਮੌਕਾ ਦਿੱਤਾ, ਦਰਜੀ ਨਾਲ ਮੈਂ ਮੌਕਾ ਦਿੱਤਾ, ਹੁਣ ਤੁਹਾਡੀ ਗੈਰਤ ਆਪਣੀ ਮਰੀ ਹੈ ਤੇ ਮੈਂ ਕਰ। ਇੰਨਾ ਠੰਡਾ ਬੰਦਾ ਮੈਂ ਕਦੀ ਵੇਖਿਆ ਨਹੀਂ ਸੀ ਵੈਸੇ। ਤੇਰੀ ਜ਼ਿੰਦਗੀ ਹਾਂ ਨਾ, ਮੇਰਾ ਇੱਕ ਦਾਤਾ, ਤੁਸੀਂ ਇਸ ਲਈ ਤੇ ਮੈਨੂੰ ਚੰਗੇ ਲੱਗਦੇ ਹੋ ਕਿ ਇੰਨੇ ਤੁਸੀਂ ਕੂਲ ਮਾਈਂਡ ਬੰਦੇ ਆ। ਬਗੈਰਤੀ ਕੇ ਨਹੀਂ, ਮੈਂ ਨਾ ਉਹ ਮੌਕਾ ਸਹੀ ਨਹੀਂ ਸੀ ਮੈਨੂੰ ਮਿਲਿਆ ਉਹ, ਮੈਂ ਹਾਂ ਤੂੰ ਜਦੋਂ ਮੈਂ ਦਰਜੀ ਨਾਲ ਫੜਿਆ ਤੂੰ ਆਪੇ ਤੇ ਕਿਹਾ ਸੀ ਕਿ ਵੀ ਮੈਂ ਸੂਟ ਦੇਣਾ ਇਦਾਂ ਤੇ ਆਇਆ, ਤੇ ਉਹ ਕੋਈ ਗੱਲ ਹੀ ਨਹੀਂ ਸੀ ਐਸੀ, ਯਾਦ ਕਰ। ਹਾਂਜੀ, ਮੈਂ ਇਦਾਂ ਹੀ ਕਹਿਣਾ ਸੀ, ਮੈਂ ਕਾਹਦੀ ਕਾਰੀ ਕਰਾਂ। ਹਾਂ ਨਾ ਤੇ ਤੂੰ ਕਿਹਾ ਨਾ ਤੇ ਮੈਂ ਮੰਨਣਾ ਨਹੀਂ ਸੀ, ਕੌਣ ਫਿਰ ਕਾਹਦਾ ਪਿਆਰ ਆ, ਲਾਹਨਤ ਮੇਰੇ ਪਿਆਰ ਤੇ ਤੂੰ ਗੱਲ ਕਵੇ ਤੇ ਮੈਂ ਮੰਨਣਾ ਇਹ ਲਾਨਤ ਤੇ ਵਾਲੀ ਉਹ ਗੱਲ ਕਿਹੜੀ ਫੇਕ, ਉਹ ਮੈਨੂੰ ਅੱਛੀ ਲੱਗੀ। ਲਾਨਤ ਵਾਲੀ ਗੱਲ ਫੇਕ, ਉਹ ਮੈਨੂੰ ਬੜੀ ਅੱਛੀ ਲੱਗੀ। ਲਾਨਤ ਤੇਰੇ ਤੇ ਲਾਨਤ। ਇਹ ਤੁਸੀਂ ਹੁਣ ਸਕ੍ਰਿਪਟ ਚੇਂਜ ਕਰ ਲਿਆ, ਇਹ ਨਹੀਂ ਚੰਗੀ ਲੱਗੀ, ਅੱਛਾ ਮੇਰੇ ਤੇ ਇਹ ਅੱਛਾ ਲੱਗਾ ਮੈਨੂੰ, ਇਹ ਅੱਛਾ ਲੱਖ ਸੀ। ਲਾਨਤ ਦੂਰ ਫਿਟੇ ਨੂੰ ਤੇਰਾ ਬਗੈਰਤੀਏ। ਹੁਣ ਮੈਂ ਤੈਨੂੰ ਕੀ ਕਵਾਂ ਤੇ ਕੀ ਬਗੈਰਤੀ ਬਗੈਰਤੀ ਸੋਚੀਏ। ਕਹੀ ਤੇ ਜਾਂਦੇ ਹੋ, ਇਸ ਤੋਂ ਬਾਅਦ ਤੁਸੀਂ ਕਦੇ ਕੋਈ ਮੈਨੂੰ ਕੁਝ ਕਿਹਾ ਵੀ ਆ? ਨਹੀਂ ਨਹੀਂ ਇੱਕੋ ਹੀ ਪਹਿਲਾਂ ਲਫ਼ਜ਼ ਸੁਣਿਆ ਲੱਭਿਆ ਸੁਣਿਆ, ਤੁਸੀਂ? ਮੈਂ ਤੇਰੇ ਤੇ ਯਕੀਨ ਕੀਤਾ, ਉਹ ਟੈਂਟਾਂ ਵਾਲੇ ਨਾਲ ਜਿਹੜਾ ਮੈਂ ਫੜਿਆ ਸੀ ਨਾ, ਤੂੰ ਕਿਹਾ ਸੀ ਕਿ ਮੈਂ ਟੈਂਟਾਂ ਦਾ ਕਹਿਣ ਆਈ ਆ ਪਹਿਲੇ ਵਿਆਹ ਤੇ,
ਤੇ ਮੈਂ ਤੇਰੀ ਗੱਲ ਮੰਨ ਲਈ, ਮੇਰੀ ਸਮਝ 'ਚ ਵੀ ਗੱਲ ਆ ਗਈ ਸੀ, ਸਮਝ ਆਈ, ਏਡਾ ਮੈਂ ਬਗੈਰਤ ਨਹੀਂ ਗਾ। ਫਿਰ ਤੂੰ ਉਹ ਚਿੰਗਜੀ ਵਾਲੇ ਨਾਲ ਜਦੋਂ ਜਾ ਰਹੀ ਸਾ ਤੇ ਉਦੋਂ ਵੀ ਤੂੰ ਮੈਨੂੰ ਕੀ ਕਿਹਾ ਸੀ? ਮੈਂ ਤੈਨੂੰ ਕਿਹਾ ਸੀ ਨਾ ਕਿ ਤੂੰ ਤੇਰਾ ਕੋਈ ਚੱਕਰ ਆ, ਤੇ ਤੂੰ ਅੱਗੋਂ ਮੈਨੂੰ ਕਿਹਾ ਰੋ ਕੇ, ਤੂੰ ਅੱਥਰੂ ਤੇਰੇ ਉਦੋਂ ਨਾ ਵੇਖਣ ਵਾਲੇ ਸੀ, ਤੂੰ ਹਾਏ ਕਿਹਾ ਕਿ ਮੇਰਾ ਭਰਾ ਵਾ, ਤੇ ਮੈਂ ਮੰਨੀ ਨਹੀਂ। ਨਹੀਂ ਤਾਂ ਤੁਹਾਡਾ ਵਾਅਦਾ ਤੁਸੀਂ ਮੰਨ ਜਾਂਦੇ ਹੋ। ਹਾਂ, ਤੇ ਬਹਰਾਲ ਜੋ ਹੋ ਗਿਆ ਨਾ ਵਿਆਹ ਤੋਂ ਪਹਿਲੇ, ਹੁਣ ਵਿਆਹ ਤੋਂ ਬਾਅਦ ਨਹੀਂ ਕਰਨਾ। ਤੇ ਰੋਟੀ ਦਾ ਹੁਣ ਮੈਨੂੰ ਦੱਸ ਕਿ ਭਾਈ ਉਹ ਬੰਦੇ ਜਿਹੜੇ ਸੀ ਨਾ ਬਰਾਤ ਵਾਲੇ, ਉਹ ਮੈਂ ਘਰਦਿਆਂ ਨਾਲ ਗੱਲ ਕੀਤੀ ਸੀ, ਅੱਜ ਅੱਛਾ ਵੀ ਗੱਲ ਕਰਨੀ ਆ ਰਾਤ ਨੂੰ, ਲੇਕਿਨ ਹੁਣ ਤੱਕ ਜਿਹੜੀ ਗੱਲ ਨਾ ਭਾਜੀ ਉਹ ਇਹ ਆ ਕਿ 100 ਤੋਂ 150 ਬੰਦਾ ਹੋਣਾ ਹੀ ਹੋਣਾ ਵਾ, ਭਾਵੇਂ ਤੁਸੀਂ ਗੋਡੇ ਤੱਕ ਜ਼ੋਰ ਲਾ ਲਓ। ਯਾਰ ਇੰਨੇ ਬੰਦੇ, ਤੁਸੀਂ ਫਿਰ ਮਹੀਨੇ ਵਾਲੀ ਗੱਲ ਤੇ ਵੀ ਨਹੀਂ ਆਉਂਦੇ ਪਏ। ਤੁਹਾਨੂੰ ਮੈਂ ਇੱਕ ਆਫਰ ਕਰਾਈ ਸੀ, ਕਿਹੜੀ ਮਹੀਨੇ ਵਾਲੀ? ਕਿਹੜੀ? ਧਮਾਲ ਦਾ ਰੰਗ ਨਹੀਂ ਸੋਚਿਆ? ਉਹ ਲੱਖ ਲਾਣਤ, ਬਕਵਾਸ ਬੰਦ ਕਰ, ਸ਼ੁਗਲ ਮੇਲਾ, ਸੀਰੀਅਸ ਮੈਂ ਗੱਲ ਕਰ ਰਿਹਾ ਹੁਣ, ਅੱਛਾ ਮਜ਼ਾਕ ਨਹੀਂ ਕਰ ਅੱਛਾ ਰਿਹਾ। ਅੱਛਾ ਡੇਢ ਸੌ ਅੱਛਾ ਬੰਦਾ ਹੋਣਾ ਵਾ, 125 ਤੋਂ 150 ਬੰਦੇ ਤੋਂ ਘੱਟ ਬੰਦਾ ਨਹੀਂ ਹੋਣਾ। ਇਹ ਤੁਸੀਂ ਸੋਚ ਲਓ ਕਿ ਜੋ ਕਰਨਾ ਵਾ, ਜਿੱਦਾਂ ਮਰਜ਼ੀ ਕਰਨਾ, ਪੈਸੇ ਮੇਰੇ ਕੋਲ ਲੈ ਲਈ ਰੋਟੀ ਦੇ ਬਗੈਰ ਸੀਗੇ। ਯਾਰ ਇੰਝ ਦੀ ਗੱਲ ਨਾ ਕਰਿਆ ਕਰੋ, ਮੈਨੂੰ ਫਿਰ ਗੁੱਸਾ ਆਉਂਦਾ ਸੀ। ਭੁੱਖੇ ਸ਼ੋ ਤੇ ਪੈਸੇ ਤੁਹਾਡੇ ਕੋਲ ਹੀ ਹੈ। ਚਲੋ ਫਿਰ 100 ਤੋਂ 150 ਬੰਦਾ ਹੋਣਾ। ਚਲੋ ਫਿਰ ਠੀਕ, ਚਲੋ ਫਿਰ ਮੇਰੀ ਵੀ ਗੱਲ ਮੰਨੋ। ਕੀ ਬਰਾਤ ਤੁਸੀਂ ਨਾ 10-15 ਦਿਨਾਂ 'ਚ ਲੈ ਕੇ ਆਉਣੀ ਤੇ ਬੰਦਾ ਪਵਾ 600 ਲੈ ਆਓ। ਹੈ? ਹਾਂਜੀ ਜਾਓ, ਮੈਂ ਕੀ ਦਸਾਂ ਯਾਦ ਪੰਦਰਾਂ ਕਰੋਗੇ? ਦਿਨਾਂ 'ਚ ਕਿੱਥੋਂ ਇਕੱਠੇ ਕਰਾਂ ਮੈਂ? ਮੈਂ ਮੈਨੂੰ ਨਹੀਂ ਬਾਹਰ ਪਤਾ, ਦੂਜੇ ਤੋਂ ਬਾਹਰ ਲਾ ਕੇ ਬਾਲ ਲਾਵਾਂ ਵੀ ਕੁੜੀਓ ਬਾਲੋ, ਬਰਾਤ ਨਾ ਜਾਣ ਲਈ ਆਈ ਜਾਓ। ਇਹ ਤੁਹਾਡਾ ਮਸਲਾ, 15 ਦਿਨਾਂ 'ਚ ਬਰਾਤ ਲੈ ਕੇ ਆਓ, ਬੰਦਾ ਪਵਾ 600 ਲੈ ਆਇਓ। ਉਹਦੀ ਕੀ ਵਜ੍ਹਾ? ਹਾਲੇ ਤੇ ਪੂਰੇ ਰੋਜ਼ ਦੇ ਕਬੀਲੇ ਨੂੰ ਲੈਓ ਤੇ ਉਹ ਗੇੜ ਲਾਇਓ, ਆਪਣੇ ਮੱਲੇ ਦਾ ਬੰਦ ਕਰਿਓ। ਉਹ ਹਾਲੇ ਤੇ ਰੋਜ਼ ਹੀ ਨਾ, ਰੋਜ਼ ਈਦ ਤੋਂ ਬਾਅਦ ਤੇ ਇਸ ਕਰਾਂਗੇ ਲਈ ਗੱਲ। ਕਹਿ ਰਹੀ ਹਾਂ ਈਦੋਂ ਪਹਿਲੇ ਪਹਿਲੇ ਬਰਾਤ ਲੈਣੀ ਪਈ। ਮੇਰੀ ਸ਼ਰਤ ਆ ਵਾ, ਈਦੋਂ ਪਹਿਲੇ ਪਹਿਲੇ ਬਰਾਤ ਆਵੇ, ਬੰਦਾ 700 ਕਿ 800 ਲੈਓ। ਕਿੰਨੇ ਕੁ ਵਜੇ ਆ ਜਾਈਏ? 2 ਵਜੇ ਬਰਾਤ ਲੈ ਕੇ ਪਹੁੰਚ ਜਾਓ ਤੁਸੀਂ। 2 ਵਜੇ ਆ ਜਾਈਏ ਤੇ ਫਿਰ ਇਫਤਾਰੀ ਕਰਾਓਗੇ? ਇਫਤਾਰੀ ਬਰਾਤੀਆਂ ਨੂੰ ਕਰਾ ਕੇ ਤੇ ਨਿਕਾਹ ਕਰ ਦਿੰਦੇ? ਇੰਨੀ ਦੇਰ ਤੱਕ ਅਸੀਂ ਤੁਹਾਨੂੰ ਕਿੱਦਾਂ ਬਿਠਾਵਾਂਗੇ? ਤੇ ਤੁਸੀਂ ਬੋਰ ਨਹੀਂ ਹੋ ਜਾਓਗੇ? 2 ਵਜੇ ਆਈਓ, 3 ਵਜੇ ਨਿਕਾਹ ਕਰਾਂਗੇ, 4 ਵਜੇ ਮੈਂ ਤੁਹਾਡੇ ਘਰ ਵਾਪਸ, ਬਰਾਤ ਵਾਪਸ ਹੋ ਜਾਊਗੀ, ਉੱਥੇ ਜਾ ਕੇ ਆਰਾਮ ਨਾਲ ਇਫਤਾਰੀ ਕਰਾਂਗੇ ਅਸੀਂ। ਅਫਤਾਰੀ? ਇਫਤਾਰੀ ਇਫਤਾਰੀ ਕਰੋ ਘਰੀ, ਇਫਤਾਰੀ ਦਾ ਟਾਈਮ ਹੀ ਨਹੀਂ ਨਾ ਹੋਣਾ ਹੁਣ। 5 ਵਜੇ ਮੈਂ ਕਿੱਥੋਂ ਇਫਤਾਰੀ ਕਰਾ ਦਾਂ ਤੁਹਾਡੀ? ਰੋਜ਼ੇ ਤਰਾਣੇ ਮੈਂ ਤੁਹਾਡੇ ਸਾਰਿਆਂ ਦੇ। ਨਹੀਂ ਤੇ ਹੋ ਸਕਦਾ 600 ਬੰਦੇ 'ਚ ਨਾ ਸਾਰਿਆਂ ਦੇ ਰੋਜ਼ੇ ਹੋਣ, 100-150 ਦਾ ਨਾਮ ਹੀ ਵਿੱਚੋਂ ਹੋਵੇ ਰੋਜ਼ਾ, 600 ਦੇ ਵਿੱਚੋਂ ਤੇ 100 ਉਹਨਾਂ ਬੰਦਾ ਐਸਾ ਹੋਵੇ ਜਿਹਦਾ ਨਹੀਂ ਰੋਜ਼ਾ ਤੇ ਰੱਖਿਆ ਉਹਨਾਂ ਕਾ ਉਹਨਾਂ ਕਾਫਰਾਂ ਨੂੰ ਲਿਆਉਣਾ ਕਾਹਤੋਂ? ਖਬਰਦਾਰ, ਮੇਰੀ ਬਰਾਤ 'ਚ ਕੋਈ ਬੰਦਾ ਨਾ ਬਗੈਰ ਵਜੂ ਤੋਂ ਆਵੇ ਤੇ ਨਾ ਬਗੈਰ ਰੋਜ਼ੇ ਤੋਂ ਆਵੇ, ਸਮਝ ਆਈ? ਓ ਜੀਓ ਸ਼ਹਿਜ਼ਾਦੀਏ, ਸਾਰੇ ਵਜੂ ਬਾ ਵਜੂ ਹੋਣ, ਰੋਜ਼ਾ ਰੱਖ ਕੇ ਹੋਣ। ਉਹ ਰੋਟੀ ਬਚਾਉਣ ਲਈ ਤੂੰ ਕੈਸੀ ਸਕੀਮ ਲਾਈ ਆ, ਕਿੱਡੀ ਤੂੰ ਇੱਕਦਮ ਮੁਸਲਮ ਇਸਲਾਮੀ ਦੀਨੀ ਹੋ ਗਈ ਇੱਕਦਮ, ਵਾਹ! ਕੋਈ ਬਗੈਰ ਇਹ ਗੱਲ ਨਹੀਂ ਹੈਗੀ, ਨਾ ਦਾ ਪੜਨ ਆਉਣਾ ਤੇਰਾ। ਸਵਾਬ ਹੋਊਗਾ ਨਾ, ਅਸੀਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ, ਸਾਰਿਆਂ ਦਾ ਸਵਾਬ ਸਾਨੂੰ ਵੀ ਮਿਲੂਗਾ ਨਾ। ਕੱਲਾ ਸਵਾਬ ਨਹੀਂ ਹੋਣਾ, ਬੇਹੋਸ਼ ਵੀ ਹੋਣਾ ਉੱਥੇ ਕਈਆਂ ਨੇ ਭੁੱਖ ਨਾਲ, ਤੇ ਜਿਹਨੇ ਉਹਦਾ ਵੀ ਕੋਈ ਕਰਨਾ। ਨਹੀਂ ਰੋਜ਼ੇ ਰੱਖ ਹੁੰਦੇ ਤੇ ਮੈਂ ਉਹਨਾਂ ਨੂੰ ਕਿਹਾ ਰੋਜ਼ੇ ਰੱਖ ਕੇ ਉਹ ਨਾ ਰੱਖਣ, ਰੋਜ਼ੇ ਨਾ ਆਉਣ ਮੇਰੀ ਬਰਾਤ ਤੇ। ਅੱਛਾ, ਤੇਰੀ ਸਕੀਮ ਇਹ ਆ ਵੀ ਰੋਜ਼ਿਆਂ 'ਚ ਬਰਾਤ ਲੈ ਕੇ ਆਵਾਂ, ਭਾਵੇਂ 500 ਬੰਦਾ ਲੈ ਆਵਾਂ, 2 ਵਜੇ ਆਵਾਂ ਤੇ 4 ਵਜੇ ਘਰ, ਤੇ ਹੋਏਗਾ ਪਾਣੀ ਦਾ ਘੁੱਟ ਵੀ ਨਹੀਂ। ਨਹੀਂ ਹੁਣ ਅਸੀਂ ਤੋਰ ਰੋਜ਼ੇ ਤੇ ਰਹੀਏ, ਤੁਹਾਡੇ ਚੰਗਾ ਲੱਗੂਗਾ ਰੋਜ਼ੇਦਾਰਾਂ ਨੂੰ ਪਾਣੀ ਪਿਆਉਂਦੇ ਹੋਏ? ਉਹ ਜੀ ਉਸ ਦਾਦੀ ਮੈਂ ਰਾਜ਼ੀ ਹਾਂ ਤੇਰੇ ਤੇ, ਹੈ ਸੱਚੀ ਬੁੱਢੀ ਹੋਵੇ ਤੇ ਤੇਰੇ ਵਰਗੀ, ਨਹੀਂ ਤਾਂ ਨਾ ਹੋਵੇ। ਐਸੀ ਤੇਜ਼ ਔਰਤ ਅੱਲਾ ਮਾਫੀ ਦੇਵੇ, ਤੂੰ ਉੱਥੇ ਹੀ ਸਹੀ ਤਾਂ ਹੈਂਡ ਫਰੀ ਵਾਲੇ ਕੋਲ। ਨਹੀਂ ਮੈਂ ਤੇਜ਼ੀ ਕੀ ਵਿਖਾਈਏ, ਦੇਖੋ ਸਵਾਬ ਹੋਏਗਾ ਨਾ ਸਾਰਿਆਂ ਨੂੰ, ਸਾਨੂੰ ਵੀ ਹੋਏਗਾ। ਉਹ ਯਾਰ ਮੇਰੀ ਗੱਲ ਸੁਣ, ਹਾਂਜੀ ਮੌਲਵੀ ਦਾ ਕੋਈ ਹੈਗਾ ਸਿਸਟਮ ਨਿਕਾਹ ਦਾ? ਰੋਟੀ ਮੈਂ ਕਰ ਲਾਂਗਾ, ਰੋਟੀ ਦਾ ਮੈਨੂੰ ਸਮਝ ਆ ਗਈ ਤੇਰੇ ਤੋਂ, ਮੈਂ ਸਮਝ ਗਿਆ। ਨਿਕਾਹ ਵਾਲਾ ਦੱਸ, ਕੋਈ ਬੰਦਾ ਮੈਂ ਲੈ ਕੇ ਆਉਣਾ ਜਾਂ ਤੁਸੀਂ, ਤੁਹਾਡੇ ਕੋਲ ਹੋਏਗਾ ਕੋਈ? ਹੁੰਦਾ ਤੇ ਮੁੰਡੇ ਵਾਲਿਆਂ ਦੇ, ਪਰ ਕੋਈ ਨਹੀਂ, ਸਾਡੇ ਕੋਲ ਆਪਣਾ ਮੌਲਵੀ ਹੈਗਾ ਇੱਕ, ਨਿਕਾਹ ਵਾਲਾ, ਹਾਂਜੀ ਫੈਮਿਲੀ 'ਚ ਹੈਗਾ, ਆਪਣੀ ਹੈ ਮੌਲਵੀ। ਬਿਲਕੁਲ ਬਿਲਕੁਲ, ਤੁਹਾਡੇ ਮਾਸ਼ਾਅੱਲਾ ਤੁਹਾਡੇ ਘਰ 'ਚ, ਤੁਸੀਂ ਤੇ ਮਹੀਨੇ ਦਾ ਰੱਖਿਆ ਹੋਣਾ ਨਾ, ਤੁਸੀਂ ਤੇ 15,000 ਮਹੀਨੇ ਦਾ ਰੱਖਿਆ ਹੋਣਾ ਨਿਕਾਹ ਵਾਲਾ ਮੌਲਵੀ, ਜਿੰਨੀ ਉਹਨੂੰ ਜਿੰਨਾ ਉਹਦਾ ਕੰਮ ਨਿਕਲਦਾ ਤੁਹਾਡੇ ਘਰ, ਅੱਲਾ ਮਾਫੀ ਦੇਵੇ। ਹਾਂ ਨਾ, ਖਤਮ ਖੁਤਮ ਦਵਾਣਾ ਹੋਵੇ ਤੇ ਉਦਾਂ ਵੀ ਫਿਰ। ਜੀ 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 ਜੀ, ਮੈਂ ਸਮਝ ਗਿਆ ਸਾਰੀ ਗੱਲ, ਤੇ ਸਹੀ ਹੈ ਫਿਰ ਤੁਸੀਂ ਲੈ ਆਓ ਨਾ, ਰੋਜ਼ਿਆਂ 'ਚ ਲੈ ਆਓ, 20ਵੇਂ ਰੋਜ਼ੇ ਜਾਂ 22ਵੇਂ ਰੋਜ਼ੇ ਲਿਆਓ, ਕੰਮ ਕਾਈਏ। ਚਲੋ ਮੈਂ ਕਰਦਾ, ਮਕਾਉਂਦੇ ਆ ਕੰਮ, ਮੈਂ ਰੋਟੀ ਦਾ ਕੋਈ ਆਪਣਾ ਹਿਸਾਬ ਲਾ ਲੈਣਾ ਭਾਈ, ਮੈਂ ਕਿਤੇ ਹੋਟਲ ਕਰ ਲੈਣਾ। ਯਾਰ ਰੋਟੀ ਕਿੱਥੇ ਤੁਸੀਂ ਖਾਓਗੇ ਉਹ? ਯਾਰ ਨਹੀਂ, ਮੈਂ ਹੋਟਲ ਕਰ ਲੈਣਾ ਯਾਰ, ਤੂੰ ਬਗੈਰ ਤੀ, ਤੂੰ ਸ਼ਰਮ, ਤੈਨੂੰ ਸ਼ਰਮ ਵੀ ਆਉਂਦੀ ਹੈ ਗੱਲ ਕਰਨ ਲੱਗਿਆ? ਵੀ ਯਾਰ ਬੰਦੇ ਆਉਣੇ ਨੇ, ਬਰਾਤ ਆਉਣੇ, ਕੋਈ ਖਾਨਦਾਨ ਆ ਸਾਡਾ, ਤੇਰੇ ਲੋਕ ਤੁਹਾਡੇ ਲੋਕ ਕਿੰਨੇ ਜਾਣੇ ਹੋਣੇ ਆ? ਸਾਡੇ ਵੱਲੋਂ ਵੀ ਕੋਈ ਹੋਣਗੇ, ਕੋਈ 50-60 ਬੰਦੇ। 50-60 ਹੋਣੇ ਨਹੀਂ ਤੁਹਾਡੇ ਵੱਲੋਂ, ਕਿਉਂਕਿ ਬਣੀ ਮੈਂ ਤਾਂ ਨਹੀਂ ਵੇਖੀ ਕਿਸੇ ਨੇ ਤੁਹਾਡੀ ਬਣੀ, ਰਿਸ਼ਤੇਦਾਰ ਕੋ ਬੁਲਾਉਂਦਾ ਤੁਹਾਨੂੰ ਕੋਈ ਨਹੀਂ, ਮਾਮੇ ਤੇਰੇ ਤੁਹਾਡੇ ਤੁਹਾਡੇ ਘਰ ਨਹੀਂ ਆਉਂਦੇ, ਚਾਚੇ ਤੁਹਾਡੇ ਨਹੀਂ ਲਾਗੇ ਨਹੀਂ। ਲੱਗਦੇ ਜਿੱਦਾਂ ਜਿੱਦਾਂ ਤੁਸੀਂ ਹੁਣ ਆਪਣੀ ਰੋਟੀ ਦਾ ਕਹੀ ਜਾਂਦੇ, ਕੋਈ ਰੋਟੀ ਦਾ ਮੈਂ ਕਰ ਲੈਣਾ, ਕੀ ਪਤਾ ਉਹਨਾਂ ਨੂੰ ਪਤਾ ਲੱਗੇ ਤੇ ਆ ਜਾਣ। ਆਹ ਰੋਟੀ ਖਾਣ ਤੇ ਆਉਣਗੇ।
ਤੇ 100 125 ਸਾਡਾ, ਯਾਨੀ 150 225 ਬੰਦਾ ਹੋ ਗਿਆ। ਹਾਂਜੀ 200 ਹੀ ਕਰ ਲਓ, ਕੋਈ ਆਂਢ ਗਵਾਂਢ ਵੀ ਹੁੰਦਾ। ਬੰਦਾ ਤੇ ਉਹੀ ਹੋਣੇ ਜਿਹੜੇ ਸਾਡੇ ਵੱਲੋਂ ਆਉਣੇ ਨਾ, ਤੁਹਾਡੇ ਵੱਲ ਤਾਂ ਚਵਲਾਂ ਹੀ ਆਉਣੀਆਂ ਨੇ ਸਾਰੀਆਂ। ਹਾਂਜੀ ਹਾਂਜੀ ਸਰ, ਰਿਸ਼ਤੇ ਸਾਰੇ ਤੁਹਾਡੇ ਨਾਲ ਹੀ ਆਉਣੇ ਆ, ਸੌ ਸਵਾ ਚਵਲਾਂ ਸੌ ਆਉਣੀਆਂ ਸਾਡੇ ਵੱਲੋਂ। 150 ਕੁ ਚਵਲਾਂ ਆਉਣੀਆਂ ਨੇ, ਯਾਨੀ 125 ਜੀ ਹੋ ਜਾਣਾ ਟੋਟਲ। ਹਾਂਜੀ ਤੇ ਨਹੀਂ ਨਹੀਂ ਉਹ ਨਿਕਾਲ ਹੈ ਮੌਲਵੀ ਦਾ 10,000 ਜੇ ਹੈਗਾ ਤੇ ਠੀਕ ਆ, ਸਹੀ ਸਹੀ ਪੜ੍ਹਾਉਂਦਾ ਬੰਦਾ, ਪੜ੍ਹਾਉਂਦਾ ਉਹ। 3 ਵਾਰੀ ਸੋਰੀ, ਪਹਿਲੇ ਵੀ ਤਾਂ ਉਹਨੇ ਪੜ੍ਹਾਇਆ ਸੀ। 3 ਵਾਰੀ ਕੀ ਮੈਂ ਕਿਹਾ ਪਹਿਲੇ ਵੀ ਉਹਨੇ ਪੜ੍ਹਾਇਆ ਸੀਗਾ। ਯਾਰ ਮੇਰੀ ਗੱਲ ਸੁਣ, ਹਾਂਜੀ ਵਿਆਹ ਮੈਂ ਤੇਰੇ ਨਾਲ ਕਰਨਾ ਵਾ, ਲੇਕਿਨ ਮੇਰੇ ਕੋਲ ਲੁਕਾਉਣਾ ਕੁਛ ਇਹ ਨਾ ਹੋਵੇ ਮੈਨੂੰ ਵਿਆਹ ਦੇ 3 ਸਾਲ ਬਾਅਦ ਪਤਾ ਲੱਗੇ ਵੀ ਤੂੰ ਕੀ ਕੀ ਚੰਨ ਚੜ੍ਹਾਉਂਦੀ ਰਹੀ। ਨਹੀਂ ਤੁਹਾਡੇ ਕੋਲੋਂ ਕੀ ਲੁਕਿਆ? ਕੁਛ ਵੀ ਨਹੀਂ ਲੁਕਿਆ, ਹੁਣ ਤੁਹਾਡੇ ਸਾਹਮਣੇ ਲੁਕਦਾ ਤੇ ਸਾਰਾ ਹੈ ਨਹੀਂ ਕੁਛ। ਅੱਜ ਨਹੀਂ ਤੇ ਕੱਲ ਨਹੀਂ ਤੇ ਪਰਸੋਂ, ਰੱਬ ਲੈ ਦੇ ਆਉਂਦਾ ਹੀ ਆ ਸਾਹਮਣੇ ਜੋ ਜੋ ਕੁਛ ਬਿਲਕੁਲ ਵੀ। ਇੱਦਾਂ ਹੀ ਮਰਜ਼ੀ ਸੀ, ਜਤਨ ਕਰ ਲਈਏ, ਕੁਛ ਨਹੀਂ ਲੁਕਿਆ ਰਹਿੰਦਾ। ਅੱਛਾ ਤੇ ਦੂਜੀ ਗੱਲ ਇਹ ਆ ਵੀ ਜਦੋਂ ਵਿਆਹ ਤੋਂ ਬਾਅਦ ਤੇਰਾ ਨੰਬਰ ਜਿਹੜਾ 36,000 ਜਾਣੇ ਦੇ ਕੋਲ ਆ, ਇਹ ਨੰਬਰ ਇਹੀ ਰਹੇਗਾ ਜਾਂ ਇਹਨੂੰ ਚੇਂਜ ਮੈਂ ਕਰਾਂਗੇ? ਤੁਹਾਨੂੰ ਕਿਹਾ ਤੇ ਸੀਗਾ ਕਿ ਤੁਹਾਡੇ ਕੋਲ ਮੈਂ ਸਿਮ ਲੈਣੀ, ਮੂੰਹ ਦਿਖਾਈ ਚ ਮੋਬਾਈਲ ਸਮੇਤ। ਹਾਂ ਇਹ ਗੱਲ ਠੀਕ ਆ, ਇਹ ਵੇਖਿਆ ਨਾ, ਇਹ ਹੁੰਦੀਆਂ ਨੇ ਅੱਛੀਆਂ ਲੜਕੀਆਂ ਵਫਾਦਾਰ, ਜਿਨ੍ਹਾਂ ਨੇ ਪਿਛਲਾ ਭੁੱਲਣਾ ਹੁੰਦਾ ਹੈ। ਜਿਨ੍ਹਾਂ ਨੇ ਪਿਛਲੇ ਉਹਨੂੰ ਵੀ ਨਾਲ ਲੈ ਕੇ ਤੁਰੀ ਰੱਖਣਾ ਹੁੰਦਾ, ਉਹ ਫਿਰ ਸਿਮ ਨਹੀਂ ਬਦਲ। ਸਿਮ ਵੀ ਤੁਹਾਡੀ, ਮੋਬਾਈਲ ਵੀ ਤੁਹਾਡਾ, ਪਾਸਵਰਡ ਮੈਂ ਆਪਣਾ ਲਾ ਲੂੰ। ਮੈਂ ਤੇਰੇ ਪਾਸਵਰਡ ਭੰਦਣੇ ਆ, ਵੇਖੀ ਤੂੰ ਪਾਸਵਰਡ। ਅੱਛਾ ਫਾਇਦਾ ਕੀ ਫਿਰ ਇਹੋ ਜਿਹੀ ਸਿਮ ਲੈਣ ਦਾ? ਆਹੋ ਪਾਸਵਰਡ ਇੱਕ ਤੇ ਇਹ ਬੜੀ ਗੱਲ ਆ ਵੀ ਬੰਦੇ ਦੇ ਕੀ ਵੀ ਪਾਸਵਰਡ ਲਾਇਆ ਦਾ ਬੁੱਢੀ ਲੱਲਾ ਖਲਾਰਾ। ਨਹੀਂ ਤੁਹਾਨੂੰ ਦੱਸ ਦੂੰਗੀ ਨਾ ਕਿ ਪਾਸਵਰਡ ਆ ਲਾਇਆ ਵਾ, ਹੁਣ ਫਿਰ ਚੰਗਾ ਨਹੀਂ ਲੱਗਦਾ ਮੈਂ ਕਦੀ ਘਰ ਆਵਾਂ ਤੇ ਮੋਬਾਈਲ ਨਾ ਹਾਂ ਚੈੱਕ ਇਹ ਕਰ। ਠੀਕ ਆ, ਹਾਂ ਮੈਨੂੰ ਪਾਸਵਰਡ ਦਾ ਤੁਹਾਨੂੰ ਤੇ ਪਤਾ ਹੈਗਾ ਨਾ ਕਿ ਪਾਸਵਰਡ ਕੀ ਹੈ ਕੀ ਨਹੀਂ। ਹਾਂ ਠੀਕ ਆ, ਤੇ ਜੇ ਮੈਂ ਕੋਈ ਮੈਸੇਜ ਕਦੀ ਦੇਖ ਲਿਆ ਜਾਂ ਕਾਲ ਦੇਖ ਲਈ ਕਿਸੇ ਪੁਰਾਣੇ ਦੀ, ਆਉਣੀ ਨਹੀਂ ਕਿਸੇ ਨੂੰ, ਕੀ ਪਤਾ ਮੇਰਾ ਨੰਬਰ ਕਿਹੜਾ। ਯੈਸ ਇਹ ਹੁੰਦੀ ਆ, ਇਹ ਹੁੰਦੀ ਆ ਗੱਲ ਨਸਲੀ ਕੁੜੀ ਦੀ। ਵਾਹ 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 ਗੁੱਡ, ਇਸ ਲਈ ਮੈਂ ਐਵੇਂ ਨਹੀਂ ਤੇਰੇ ਨਾਲ ਵਿਆਹ ਕਰਨ ਲੱਗਾ। ਦੇਖ ਮੇਰੀ ਗੱਲ ਸੁਣ, ਜਿੱਡੀ ਮਰਜ਼ੀ ਤੂੰ ਤੇਜ਼ ਆ ਨਾ, ਜਿੱਡੇ ਮਰਜ਼ੀ ਤੇਰੇ ਪੁਰਾਣੇ ਕਿੱਸੇ ਨੇ ਜੋ ਮਰਜ਼ੀ, ਲੇਕਿਨ ਇੱਕ ਗੱਲ ਤੇਰੇ ਚ ਹੈਗੀ ਆ, ਧੋਖਾ ਨਹੀਂ ਦਿੰਦੀ, ਤੂੰ ਮੰਨ ਜਾਂਦੀ, ਇਹ ਬੜੀ ਗੱਲ ਆ। ਨਹੀਂ ਮੰਨ ਜਾਣਾ ਚਾਹੀਦਾ, ਜਦੋਂ ਪਤਾ ਚੋ ਗਲਤੀ ਕੀਤੀ ਤੇ ਫਾਇਦਾ ਝੂਠ ਬੋਲ ਜਾਂਦਾ। ਅੱਗੋਂ ਉਹਨੂੰ ਇਹ ਨਹੀਂ ਕਰਦੀ ਵੀ ਉਹਨੂੰ ਅੱਗੋਂ ਦੁਬਾਰਾ ਗਲਤੀ ਨੂੰ ਠੀਕ ਕਰਨ ਲਈ ਐਵੇਂ ਭੌਂਕੀ ਜਾਏ ਕਿ ਜੀ ਏਦਾਂ ਸੀ ਜੀ ਏਦਾਂ, ਸਿੱਧਾ ਮੰਨੇ ਬੰਦਾ ਕਿ ਭਾਈ ਹਾਂ ਮੇਰੀ ਗਲਤੀ ਹੈ, ਠੀਕ ਹੈ ਗੱਲ ਮੁੱਕ ਗਈ। ਬਿਲਕੁਲ ਇਹ ਤੇ ਆ। ਹਾਂ ਤੇ ਪਰ ਭਾਈ ਫੇਸਬੁੱਕ ਸਾਰਾ ਆਈਡੀ ਕੁਝ, ਪੁਰਾਣੀ ਚਲਾ ਸਕਦੀ ਕਿ ਨਹੀਂ? ਫੇਸਬੁੱਕ ਆਈਡੀ ਹਾਂਜੀ ਚਲਾ ਲਈ ਪਰ ਯਾਰ ਉਹ ਤੇ ਇਹ ਨਾ ਕਿ ਜਦੋਂ ਦੇਖ ਮੇਰੀ ਗੱਲ ਸੁਣ ਸੋਹਣੇ, ਜਦੋਂ ਤੂੰ ਕੋਈ ਗੱਦਾਰੀ ਬੇਵਫਾਈ ਕਰਨੀ ਹੈ ਨਾ, ਤੇ ਤੂੰ ਨਵੀਂ ਸਿਮ ਲੈ ਕੇ ਵੀ ਕਰ ਲੈਣੀ। ਨਹੀਂ ਤੇ ਸਮਝ ਆਈ, ਤੂੰ ਨਵੀਂ ਸਿਮ ਲੈ ਕੇ ਵੀ ਅਗਲੇ ਨੂੰ ਮਿਸ ਕਾਲ ਜਾਂ ਕਾਲ ਕਰਕੇ ਦੱਸ ਦੇਣਾ ਵੀ ਆ ਮੇਰਾ ਨੰਬਰ ਜੀ, ਤੇ ਜੇ ਤੂੰ ਨਹੀਂ ਕਰਨੀ ਨਾ ਤੇ ਤੂੰ ਪੁਰਾਣੇ ਨੰਬਰਾਂ ਤੇ ਵੀ ਕਰਨੀ, ਤੇ ਜਿਹਨੇ ਕਰਨੀ ਹੁੰਦੀ ਉਹਨੂੰ ਭਾਵੇਂ ਸਿਮਾਂ ਲੈ ਦਿਓ ਭਾਵੇਂ ਪਾਸਵਰਡ ਲਾ ਦਿਓ, ਉਹ ਸਹੀ ਦੁਬਾਰਾ ਕਹਿ ਰਹੇ ਹੋ ਤੁਸੀਂ, ਫਿਰ ਸਿਮ ਪੁਰਾਣੀ ਰਹਿਣ ਦਾ। ਨਹੀਂ ਬਦਲ ਨਹੀਂ, ਪੁਰਾਣੇ ਚ 10-15-20 ਜਾਣੇ ਹੁੰਦੇ ਤੇ ਮੈਂ ਕਹਿ ਦਿੰਦਾ ਤੇ ਉੱਥੇ ਤੇ ਹਜ਼ਾਰਾਂ ਦੇ ਹਿਸਾਬ ਨਾਲ ਸਿਸਟਮ ਆ ਵੀ ਤੰਗ ਹੁੰਦੀ ਰਹੇਗੀ। ਨਹੀਂ ਮੈਂ ਦੀ ਤੁਹਾਡਾ ਮਸਲਾ ਵਾ, ਪਰ ਬਾਕੀ ਚਲੋ ਜਿੱਦਾਂ ਕਹੋਗੇ ਕਰ ਲੂੰ। ਨਹੀਂ ਨਹੀਂ ਸੇਮ ਆਪਾਂ ਬਦਲ ਲੈਣੀ ਹੈ, ਠੀਕ ਹੋ ਗਿਆ, ਪਹਿਲੀ ਜ਼ਿੰਦਗੀ ਖਤਮ, ਪਹਿਲੇ ਤੱਲਾ ਖਤਮ ਖਤਮ, ਹਾਂ ਡਨ ਹੋ ਗਿਆ। ਤੇ ਤੁਸੀਂ ਵਾਅਦਾ ਕਰੋ ਮੈਨੂੰ ਛੱਡਣਾ ਨਹੀਂਗਾ। ਅੱਛਾ ਤੈਨੂੰ ਮੈਂ ਛੱਡਣਾ ਤਾਂ ਨਹੀਂ ਵੇਖੀ ਤੂੰ, ਕਿਉਂਕਿ ਦੇਖੋ ਮੈਂ ਫਿਰ ਸਾਰੇ ਨੰਬਰ ਨੰਬਰ ਖਤਮ ਕਰ ਦੇਣੇ, ਤੁਸੀਂ ਵੀ ਮੈਨੂੰ ਛੱਡਤਾ ਤੇ ਮੇਰੇ ਕੋ ਬੈਕ ਮੈਂ ਨਹੀਂ ਕਹਿੰਦਾ ਤੂੰ ਸਾਰੇ ਨੰਬਰ ਪੁਰਾਣੇ ਬੰਦ ਕਰ ਦੇਈ ਆਉਂਦੇ ਪਹਿਲੇ ਦਿਨ, ਓਕੇ ਵੀ ਤੂੰ ਮੈਨੂੰ ਕਹੀਂ ਵੀ ਜਾਨੂ ਵਾਲਾ ਸਾਰੇ ਨੰਬਰ ਬੰਦ, ਹਰ ਚੀਜ਼ ਖਤਮ, ਪੁਰਾਣੀ ਜ਼ਿੰਦਗੀ ਖਤਮ, ਮਰ ਜਾਊਂਗੀ ਜੋ ਮਰਜ਼ੀ ਹੋ ਜਾਵੇ, ਰਾਬਤਾ ਕੰਟੈਕਟ ਨਹੀਂ ਕਰੂੰਗੀ ਤੁਹਾਡੇ ਨਾਲ, ਮੇਰੇ ਨਾਲ ਤੇ ਕਰਨਾ ਹੀ ਕਰਨਾ ਵਾ ਮੈਂ ਤੇ ਤੇਰਾ। ਹਾਂ ਸਹੀ ਸਹੀ, ਠੀਕ ਹੋ ਗਿਆ, ਮੈਂ ਸਮਝ ਗਈ ਸਮਝ ਗਈ ਨਾ, ਤੇ ਮੇਰੇ ਲਈ ਤੈਨੂੰ ਮੈਂ ਛੱਡ ਨਹੀਂ ਛੱਡਦਾ ਨਹੀਂ, ਜਾ ਜੋ ਮਰਜ਼ੀ ਕਰੀਏ ਆਪਾਂ, ਲੜੀਏ ਮਰੀਏ ਜੋ ਮਰਜ਼ੀ ਕਰੀਏ, ਰਹੇਗੀ ਮੇਰੇ ਨਾਲ, ਲੜਨਾ ਨਹੀਂ ਮੈਂ ਤੁਹਾਡੇ ਨਾਲ, ਤੇਰੇ ਹੱਥੀ ਤੇਰੀ ਕਬਰ ਤੇ ਮਿੱਟੀ ਪਾ ਕੇ ਆਉਂਗਾ। ਤੁਸੀਂ ਤੇ ਮੇਰੀ ਕਬਰ ਤੇ ਮਿੱਟੀ ਪਾ ਨਹੀਂ ਸਕਦੇ, ਕਿਉਂ ਮੈਂ ਟੁੰਡਾ ਵਾ, ਤੁਸੀਂ ਪਹਿਲੋਂ ਮਰਨਾ। ਸ਼ੁਕਰ ਜਵਾਨ ਜਹਾਨ ਮੈਂ, ਉਹ ਤੇ ਬਸ ਓਦਾਂ ਮੇਰਾ ਵਿਆਹ ਹਲਕਾ ਜਿਹਾ ਹੋ ਗਿਆ ਸੀ, ਨਹੀਂ ਤੇ ਮੈਂ ਜਵਾਨ ਹੀ ਸੀ। ਹਲਕਾ ਜਿਹਾ ਉਹੀ 5-6 ਮਹੀਨਿਆਂ ਦਾ ਕਿਹੜਾ ਵਿਆਹ ਹੋਇਆ, ਹਲਕਾ ਜਿਹਾ ਵਿਆਹ ਕਿਹੜਾ ਹੁੰਦਾ ਯਾਰ, ਇਹ ਕੈਸੀ ਤਰਨ ਦਾ ਹਨਾ, ਇਹ ਮੇਰਾ ਹਲਕਾ ਜਿਹਾ ਵਿਆਹ ਹੋਇਆ। ਦੇਖੋ ਨਾ 5-6 ਮਹੀਨਿਆਂ ਦਾ ਕਾਹਦਾ ਵਿਆਹ, ਹੁਣ ਨਹੀਂ ਹੋ ਚੱਲਿਆ ਤੇ ਦਫਾ ਕਰੋ, ਮਜ਼ਾ ਤਾਂ ਲੈ ਲੈਂਦੇ ਇਸ ਗੱਲ ਦਾ ਪੂਰਾ, ਇਹ ਕਹਿੰਦੀ ਉਹ ਤਾਂ ਮੇਰਾ ਵਿਆਹ ਹੋ ਗਿਆ ਉਹ ਹਲਕਾ ਜਿਹਾ।
ਆ ਸਾਰੇ ਜਿਹੜੇ ਸੁਣਨ ਦੇ ਨਾਲ ਕੇ ਚੈਨਲ ਵੀ ਸਬਸਕ੍ਰਾਈਬ ਕਰ ਦਿਆ ਕਰੋ, ਮਜ਼ੇ ਲੈਂਦੇ ਰਹਿੰਦੇ ਕਹਦੇ ਵਿੱਚ ਇਹਨਾਂ ਨੂੰ ਵੀ। ਸਹੀ ਆ ਤੁਸੀਂ ਕਿਹਾ ਤੇ ਮੈਂ ਕਿਹਾ ਇੱਕੋ ਹੀ ਗੱਲ ਆ, ਇਹਨਾਂ ਨੂੰ ਕਹਿ ਦਿਆ ਸਾਰੇ ਸੁਣਨ ਦੇ ਨਾ ਵੀ ਨਾਲ ਹੱਸਦੇ, ਇਹਨਾਂ ਨੂੰ ਕਿਹਾ ਭਾਈ ਚੈਨਲ ਵੀ ਸਬਸਕ੍ਰਾਈਬ ਕਰ ਦਿਆ ਇਹ ਕਰੋ। ਬਸ ਹੱਸ ਸਕਦੇ ਆ, ਤਰਲੇ ਕਰ ਸਕਦੇ ਅਗਲੀ ਗੱਲ ਦੇ, ਸਬਸਕ੍ਰਾਈਬ ਨਹੀਂ ਕਰ ਸਕਦੇ। ਹਾਂ ਸਬਸਕ੍ਰਾਈਬ ਵੀ ਕਰਨੀ ਯਾਰ, ਹੈਨਾ। ਹਾਂ ਹਾਂ ਸਹੀ ਗੱਲ ਆ। ਅੱਛਾ ਚੱਲ ਠੀਕ ਆ, ਪਤਾ ਕੀ ਗੱਲ ਆ, ਮੈਂ ਹੁਣ ਟੀ ਟਾਈਮ ਸ਼ੋਅ ਕਰਨ ਲੱਗਾ ਸੀ ਤੇ ਮੈਂ ਟੀ ਟਾਈਮ ਇੱਕ ਕਰ ਲਿਆ ਤੇ ਦੂਜਾ ਕਰਨ ਲੱਗਾ ਸੀ, ਤੇ ਮੈਂ ਕਿਹਾ ਚਲੋ ਜਾਨੂ ਮੇਰੇ ਦਾ ਫੋਨ ਆ ਗਿਆ, ਤੇ ਹੁਣ ਮੌਲ ਵੀ ਤੁਹਾਡਾ, ਲਾੜਾ ਸਾਡਾ, ਤੇ ਮੌਲਵੀ ਦਾ ਖਰਚਾ ਤੁਹਾਡਾ। ਉਹ ਇਹੋ ਦਾ ਖਰਚਾ ਉਹ ਕਿੰਨਾ ਕੁ ਹੋਊਗਾ, ਉਹ ਜਿੰਨਾ ਕੁ ਜਿੰਨਾ ਕੁ ਯੂਜ਼ ਟੂ ਹੋਇਆ ਤੇਰੇ ਨਿਕਾਹ ਕਰਾਉਣ 'ਚ, ਉਹਨੇ 250-300 ਰੁਪਇਆ ਲੈਣਾ ਵਾ। ਨਹੀਂ ਅਸੀਂ ਪਹਿਲੇ ਵਾਰੀ ਵੀ ਉਹਨੂੰ ਕਿਹਾ ਸੀ ਕਹਿੰਦੇ ਕੈਦ ਕੀ ਘੱਟ ਕਰ ਲਾ, ਅੱਗੇ ਦੇਖੀ ਜਾਊ। ਉਹਨੂੰ ਇਹ ਕਹਿਣਾ ਵਾ ਕਿ ਇਹ ਨਿਕਾਹ ਪੜ੍ਹਾਉਣ ਤੋਂ ਬਾਅਦ ਨਾ ਤੈਨੂੰ ਕੰਮ ਤੋਂ ਜਵਾਬ ਆ, ਅੱਗੇ ਤੋਂ ਕੋਈ ਕੰਮ ਨਹੀਂ ਪੈਣਾ ਤੈਨੂੰ, ਸਾਨੂੰ ਕਰਨਾ ਇਹ ਆਖਰੀ ਕੰਮ ਆ ਬਸ। ਤੇ ਦਿਲ ਕਰੇ ਅੱਗੋਂ ਉਹ ਅੱਗੋਂ ਕਵੇ, ਉਹ ਅੱਗੋਂ ਕਵੇ ਭਾਈ ਜਾਨ ਮਾਫ਼ੀ ਦੇ ਦਿਓ, ਹਰ ਵਿਆਹ ਦੇ ਤੁਸੀਂ ਇੱਦਾਂ ਹੀ ਕਰਦੇ, ਤੁਸੀਂ 6 ਮਹੀਨੇ ਬਾਅਦ ਮੈਨੂੰ ਬੁਲਾ ਲੈਂਦੇ। ਉਹ ਮੈਨੂੰ ਇਸ ਕੁੜੀ ਦਾ ਪਤਾ ਵਾ, ਇਹਦੇ ਨਿਕਾਹ ਪੜਾ ਪੜਾ ਕੇ ਤੇ ਮੈਂ ਜਾਇਜ਼ ਸਿੱਖੀ ਨਿਕਾਹ ਪੜਾਉਂਦੀ। ਨਹੀਂ ਐਸੀ ਵੀ ਗੱਲ ਨੀ ਹੈ, ਦੇਖੋ ਅਗਰ ਅਸੀਂ ਉਹਨੂੰ ਜਵਾਬ ਦੇ ਦਾਂਗੇ ਤੇ ਉਹ ਫਿਰ ਕਿੱਥੋਂ ਖਾਓ ਪੀਊਗਾ। ਹਾਂ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਚਲੋ ਚਲੋ, ਬਹਰਲ ਮੇਰੇ ਨਾਲ ਨਿਕਾਹ ਹੋ ਗਿਆ, ਮੈਂ ਜਾਣ ਨਹੀਂ ਦੇਣਾ, ਸਿਰਫ ਇੱਕ ਗੱਲ ਤੋਂ ਮੈਂ ਤੈਨੂੰ ਛੱਡਾਂਗਾ, ਆਹੀ ਜਿਹੜੀ ਮੈਂ ਪਹਿਲਾਂ ਦੱਸੀ ਆ ਕਿ ਰਾਬਤਾ ਨਾ ਤੇਰਾ ਮੈਨੂੰ ਪਤਾ ਲੱਗੇ ਕਿਸੇ ਨਾਲ। ਇਹ ਮੇਰੇ ਨਾਲ ਵਾਅਦਾ ਕਰੋ ਤੁਸੀਂ ਫਿਰ ਜਾਣ ਨਹੀਂ ਦੇਣਾ। ਜਾਣ ਨਹੀਂ ਦਿਆਂਗਾ ਮੈਂ ਤੈਨੂੰ। ਹਾਂਜੀ ਸਹੀ ਆ, ਹਾਂ ਕਰੋ ਹੁਣ ਆਪਣਾ ਪ੍ਰੋਗਰਾਮ ਤੇ ਥੋੜਾ ਟਾਈਮ ਕੱਢ ਕੇ ਨਾ ਫੋਨ ਕਰ ਲਿਆ ਕਰੋ ਕਿਸੇ ਟਾਈਮ ਮੈਨੂੰ। ਚਲੋ ਠੀਕ ਆ, ਬਾਕੀ ਫਿਰ ਗੱਲ ਕਰਦੇ ਆ। ਹੁਣ ਆਪਣਾ ਰੋਟੀ ਵਾਲਾ ਜਿਹੜਾ ਨਾ ਉਹ ਮੈਂ ਆਪ ਹੀ ਕਰ ਲਾਂਗਾ, ਹੋਟਲ ਵੀ ਬੰਦੇ ਵੀ ਸਾਰਾ ਉਹ ਮੇਰੀ ਸਿਰ ਪੀੜ ਤੋਂ ਟੈਨਸ਼ਨ ਲੈਣ ਲੈ ਜਾਨੂੰ। ਨਿਕਾਹ ਵਾਲਾ ਮੌਲ ਵੀ ਉਹ ਤੇਰੇ ਵਾਲਾ ਬੁਲਾ ਲਾਂਗੇ, ਉਹਦਾ ਤੇਰਾ ਸ਼ੁਗਰ ਮੇਲਾ ਵੀ ਲਾਵਾਂਗੇ, ਠੀਕ ਹੈ ਨਾ। ਠੀਕ ਹੋ ਗਿਆ, ਤੇ ਲੋਕੀ ਦੇਖਣਗੇ ਕਿ ਯਾਰ ਆ ਜੋੜੀ ਇਦਾਂ ਦੀ ਕਾਟੀ ਦੁਨੀਆ ਦੇ ਵੇਖੀ ਕਿਸੇ ਨੇ, ਐਡੀ ਸ਼ੁਗਲੀ ਐਡਾ ਪਿਆਰ ਮੁਹੱਬਤ ਵਾਲੇ ਸਾਡੀ ਮਸਾਲਾ ਦੇਣ ਲੋਕੀ ਹੈ ਭਾਜੀ। ਹਾਂ ਮੈਂ ਕਹਿੰਦਾ, ਮੇਰੀ ਗੱਲ ਸੁਣ ਲਾ, ਮੈਂ ਕਹਿੰਦਾ ਲੜ ਮਰ, ਮੇਰਾ ਨੁਕਸਾਨ ਕਰ, ਮੇਰੇ ਨਾਲ ਬਦਤਮੀਜ਼ੀ ਕਰ, ਤੈਨੂੰ ਸਭ ਕੁਛ ਮਾਫ਼ੀ ਆ, ਗੱਦਾਰੀ ਨਹੀਂ ਕਰਨੀ ਮੇਰੇ ਨਾਲ, ਨਹੀਂ ਕਰੂੰਗੀ ਵਾਅਦਾ, ਕਿਸੇ ਪੁਰਾਣੇ ਤਲਕ ਵਾਲੇ ਨੂੰ ਫੋਨ ਨਹੀਂ ਕਰਨਾ, ਨਹੀਂ ਕਰਦੀ ਮੈਂ, ਤਲਕ ਵਾਲੇ ਦਾ ਫੋਨ ਨਹੀਂ ਸੁਣਨਾ, ਉਹ ਤੇਰੀ ਜ਼ਿੰਦਗੀ 'ਚ ਹੋਣੇ ਹੀ ਨਹੀਂ ਚਾਹੀਦੇ। ਠੀਕ ਹੋ ਗਿਆ, ਉਹ ਹੋਏ ਨਾ ਤੇ ਫਿਰ ਮੇਰੇ ਵੱਲੋਂ ਭਾਈ, ਨਹੀਂ ਨਹੀਂ ਤੁਸੀਂ ਤੁਸੀਂ ਮੇਰੇ ਪਹਿਲੇ ਤੇ ਤੁਸੀਂ ਮੇਰੇ ਆਖਰੀ। ਪਹਿਲਾਂ ਤੇ ਨਹੀਂ ਕਹਿ, ਇਹ ਤਾਂ ਮੈਂ ਕਹਿੰਦਾ ਝੂਠ ਦਾ ਸੱਚ, ਆਖਰੀ ਵਾਲੀ ਗੱਲ ਤੇ ਮੈਂ ਤੈਨੂੰ ਕਰਨ ਦਿਆਂਗਾ, ਛੱਡਦਾ ਨਹੀਂ ਤੈਨੂੰ ਮੈਂ, ਟੈਨਸ਼ਨ ਨਾ ਲੈ। ਚਲ ਤੁਸੀਂ ਮੇਰੇ ਆਖਰੀ, ਹਾਂ ਜੋ ਵੀ ਗਲਤੀਆਂ ਹੋ ਗਈਆਂ ਮਿੱਟੀ ਪਾਓ ਤੇ, ਠੀਕ ਹੈ ਨਾ। ਲਵ ਯੂ ਚਾਨੂ, ਆਈ ਮੈਂ ਤੇਰੇ ਚੱਕਰੇ ਜਾਵਾ, ਨਹੀਂ ਮੈਂ ਤੇਰੀ ਗੱਲ ਅੱਜ ਕੇ ਜਾਵਾਂ, ਪਹਿਲੀ ਵਾਰੀ ਮੈਨੂੰ ਕਿਹਾ ਲਵ ਯੂ ਚਾਨੂ, ਹੈ ਇਹ ਕਿੱਦਾਂ ਤੇਰਾ ਦਿਲ ਕੀਤਾ, ਤੁਸੀਂ ਵੀ ਤੇ ਅਜੇ ਦੇ ਪਿਆਰ ਨੇ ਕਿਹਾ ਸਾਰਾ ਕੁਝ ਮਾਫ। ਹਾਂ ਨਾ ਸਾਰਾ ਕੁਝ ਮਾਫ, ਕਸਮੇ ਪਤਾ ਕੀ ਐਵੇਂ, ਹਾਂ ਜਿਹਨੇ ਇਹ ਨਾ ਨਾ ਵਿੱਚ ਵਿੱਚ ਪੰਗਾ ਨਹੀਂ ਹੋਣਾ ਚਾਹੀਦਾ, ਬਸ ਨਹੀਂ ਹੁਣ ਸਿਰ ਗੱਲ ਇਹ ਆ ਕਿ ਜਿਹੜਾ ਬੰਦਾ ਦੇਖ ਮੇਰੀ ਗੱਲ ਸੁਣ, ਤੂੰ ਮੇਰੀ ਇੱਜ਼ਤ ਦੀ ਭਾਈਵਾਲ ਆ, ਮੈਂ ਤੇਰੀ ਇੱਜ਼ਤ ਦਾ ਭਾਈਵਾਲ, ਆਪਾਂ ਦੋਵਾਂ ਇੱਕ ਦੂਜੇ ਦੀ ਇੱਜ਼ਤ ਰੱਖਣੀ। ਮੈਂ ਤੈਨੂੰ ਕਹਿ ਦਵਾਂ ਕਿ ਇਹ ਬੰਦਾ ਮੇਰੇ ਨਾਲ ਨਹੀਂ ਚੰਗਾ, ਮੇਰਾ ਇਹ ਬੰਦਾ ਮੈਨੂੰ ਨਹੀਂ ਪਸੰਦ, ਇਹ ਬੰਦੇ ਦੇ ਨਾਲ ਇਹ ਬੰਦਾ ਮੇਰਾ ਸੱਜਣ ਨਹੀਂ ਹੈਗਾ, ਮੇਰਾ ਦੁਸ਼ਮਣ ਆ, ਇਹ ਬੰਦੇ ਨਾਲ ਮੈਨੂੰ ਨਫ਼ਰਤ ਹੈ, ਬੰਦੇ ਨਾਲ ਮੈਨੂੰ ਫਲਾਂ ਵਾ, ਤੇ ਤੂੰ ਅਗਰ ਉਹਦੇ ਨਾਲ ਤਲਕ ਰੱਖੇਗੀ ਤੇ ਫਿਰ ਤੇਰੇ ਤੋਂ ਵੱਡੀ ਉਹ ਕੋਈ ਨਹੀਂ ਹੋਣੀ, ਸਮਝ ਆਈ ਨਾ। ਮੈਂ ਸਮਝ ਗਈ, ਹਾਂ ਤੇ ਫਿਰ ਸਹੀ ਨਾ, ਤੇ ਤੂੰ ਮੈਨੂੰ ਕਹੇਗੀ ਕਿ ਇਹ ਬੰਦਾ ਮੈਨੂੰ ਨਹੀਂ ਚੰਗਾ, ਭਾਵੇਂ ਜੋ ਮਰਜ਼ੀ ਹੋਵੇ, ਤੇ ਮੈਂ ਤੇਰੀ ਇੱਜ਼ਤ ਦਾ ਭਾਈ ਬਣਾ, ਤੇ ਇਹ ਤੇ ਇੱਜ਼ਤ ਤੇ ਇਦਾਂ ਹੀ ਇੱਕ ਦੂਜੇ ਦੀ ਬਣਦੀ ਨਾ। ਬਿਲਕੁਲ ਰਲ ਕੇ ਚੱਲਣਾ ਨਾ, ਤੁਸੀਂ ਮੇਰੀ ਇੱਜ਼ਤ ਰੱਖੋ, ਮੈਂ ਤੁਹਾਡੀ ਇੱਜ਼ਤ ਰੱਖੂ। ਹਾਂ ਫਿਰ ਤੁਸੀਂ ਵੀ ਨਹੀਂ ਬਾਅਦ ਚੋਂ ਕਿਸੇ ਨੂੰ ਦੱਸਣਾ ਕਿ ਇੱਦਾਂ ਦੀ ਸੀਗੀ। ਨਹੀਂ ਨਹੀਂ ਅਗਰ ਤੂੰ ਦੁਬਾਰਾ ਨਹੀਂ ਨਾ ਕਰੇਂਗੀ, ਭੁੱਲ ਜਾਏਗੀ ਤੇ ਕੋਈ ਹਰਕਤ ਮੈਨੂੰ ਪਤਾ ਨਾ ਲੱਗੇ ਤੇ ਫਿਰ ਨਹੀਂ ਮੈਂ ਕਰਦਾ। ਨਹੀਂ ਭੁੱਲਣ ਦੀ ਤੇ ਗੱਲ ਨਾ ਕਰੋ, ਪੁਰਾਣੇ ਦੁੱਖ ਨਹੀਂ ਭੁੱਲਦੇ ਨਾ, ਬਾਕੀ ਆ ਕਿ ਮੈਂ ਹਰਕਤ ਕੋਈ ਨਹੀਂ ਕਰੂੰ ਇੱਦਾਂ ਦੀ। ਮੈਂ ਤੈਨੂੰ ਨਵੇਂ ਹੀ ਇਹਨੇ ਦੇਖੋ ਦੁੱਖ ਦੇ ਦਿਨੇ, ਤੈਨੂੰ ਪੁਰਾਣਾ ਯਾਦ ਹੀ ਕੋਈ ਨਹੀਂ ਰਹਿਣਾ, ਸਹੀ ਹੋ ਗਈ ਨਾ, ਟੈਨਸ਼ਨ ਨਾ ਲੈ, ਦੁੱਖ ਹੀ ਦਈਓ ਮੈਨੂੰ, ਸੁੱਖ ਨਾ ਦੇਣਾ ਕੋਈ। ਹਾਂ ਨਹੀਂ ਸੁੱਖ ਵੀ ਦਵਾਂਗਾ, ਟੈਨਸ਼ਨ ਨਾ ਲੈ, ਹਾਲੇ ਤਾਂ ਸਾਡੇ ਬੱਚੇ ਹੋਣੇ ਆ। ਅੱਛਾ ਬਾਤ ਬੰਦ ਕਰੋ ਫੋਨ ਤੇ, ਆਪਣਾ ਕੰਮ ਕਰੋ, ਤੁਹਾਨੂੰ ਕੁਝ ਕਰਨਾ। ਛਮਾ ਗਈ, ਹਾਂ ਹੁਣ ਆ ਲੱਗ ਗਈ ਆ ਮੈਨੂੰ ਛਮਾ। ਚਲੋ ਠੀਕ ਆ, ਓਕੇ ਓਕੇ, ਆਪਣਾ ਖਿਆਲ ਰੱਖਣਾ, ਓਕੇ ਓਕੇ, ਅੱਲਾ ਹਾਫਿਜ਼।